ਮਹਿੰਦਰ ਸਿੰਘ ਜੋਸ਼ੀ ਦੀ ਕਹਾਣੀ ਚੱਕੀ ਦੇ ਪੁੱੜ ਉਹਦੀ ਭੂਆ ਬੁੱਢੀ ਸੀ ਸਵਰਗਵਾਸੀ ਪਤਨੀ ਦੀਆਂ ਪਿੱਛੇ ਛੱਡੀਆਂ ਬੱਚੀਆਂ ਨਾਦਾਨ ਉਹਨਾਂ ਦੇ ਬਾਪ ਦੀ ਤੇ ਉਹਦੀ ਆਪਣੀ ਰੋਟੀ ਕੌਣ ਪਕਾਵੇ ਐਵੇਂ ਹੈ ਜੇ ਐਡੀ ਪਹਾੜ ਜਿਹੀ ਉਮਰ ਉਹਦੇ ਸਾਹਮਣੇ ਪਈ ਸੀ ਇਕੱਲਿਆਂ ਕਿਵੇਂ ਕੱਟਦੀ ਉਹਨੇ ਦੂਜਾ ਵਿਆਹ ਕਰਵਾ ਲਿਆ ਨਵੀਆਂ ਵੋਟੀਆਂ ਸਭ ਨੂੰ ਪਿਆਰੀਆਂ ਹੁੰਦੀਆਂ ਦੋਹਜੂਆਂ ਨੂੰ ਹੋਰ ਵੀ ਜ਼ਿਆਦਾ ਉਹਨੂੰ ਵੀ ਆਪਣੀ ਪਿਆਰੀ ਸੀ ਆਮੀ ਉਹ ਦਾਜ ਵੱਜੋਂ ਕੋਈ ਦਸਨ ਜੋਗਾ ਮਾਲ ਮੱਤਾ ਲੈ ਕੇ ਨਹੀਂ ਸੀ ਆਈ ਬਾਪ ਨੂੰ ਆਪਣੀ ਜ਼ਮੀਨ ਜਾਇਦਾਦ ਦਾ ਮਾਣ ਸੀ ਤੇ ਉਸ ਮਾਣ ਚੋਂ ਪੁੱਤ ਦੇ ਪਹਿਲੇ ਵਿਆਹ ਤੇ ਉਹਦੀ ਸੰਤਾਨ ਦੀ ਗੱਲ ਅੰਗੋਲੀ ਕਰਕੇ ਕੁੜਮਾ ਤੇ ਪਤਾ ਨਹੀਂ ਕਾਦੀ ਕਾਦੀ ਆਸ ਲਾਈ ਬੈਠਾ ਰਿਹਾ ਤੇ ਉਹ ਨਾ ਮਿਲਿਆ ਤਾਂ ਬਿੱਟਰ ਗਿਆ ਤਦੇ ਜਦ ਬਹੂ ਦਾ ਬਾਪ ਆਪਣੇ ਪੁੱਤਰ ਦੇ ਵਿਆਹ ਸਮੇਂ ਆਪਣੀ ਧੀ ਨੂੰ ਲੈਣ ਆਇਆ ਘਰ ਚ ਪਸੂੜੀ ਪੈ ਗਈ ਮੁੰਡੇ ਦਾ ਪਿਓ ਕਹਿੰਦਾ ਮੈਨੂੰ ਇਹਨਾਂ ਸੱਤ ਜਨਮ ਦੇ ਭੁੱਖਿਆਂ ਦਾ ਇਤਬਾਰ ਨਹੀਂ ਇਹਨਾਂ ਨੇ ਗਹਿਣਾ ਬਲੇਵਾ ਉੱਥੇ ਹੀ ਦੱਬ ਲੈਣਾ ਸੋ ਬਹੁ ਸਾਰੀ ਟੋਮ ਟਾਕੀ ਇੱਥੇ ਛੱਡ ਕੇ ਜਾਵੇ। ਕੁੜੀ ਦੇ ਪਿਓ ਨੇ ਕਿਹਾ ਇਹ ਸੁਹਾਗਣ ਭਾਗਣ ਉੱਥੇ ਵਿਆਹ ਚ ਬੱਚੀ ਵਾਂਗੂ ਖਾਲੀ ਨੱਕ ਕੰਨ ਲਈ ਫਿਰੂ ਤਾਂ ਮੇਰੀ ਦਾੜੀ ਮੁੰਨੀ ਜਾਊ। ਤੂੰ ਇਹ ੱੱੱਕਾ ਨਾ ਕਰ। ਤੇਰਾ ਕੋਕਾ ਸਰੀਖਾ ਕੋਈ ਨਹੀਂ ਰੱਖਦਾ ਪਰ ਉਹ ਨਾ ਮੰਨਿਆ। ਤੇ ਬਹੁ ਚਾਂਦੀ ਦੀਆਂ ਬੰਕਾਂ ਵੀ ਉਤਰਵਾ ਕੇ ਤੋਰੀ। ਵਿਆਹ ਹੋ ਗਿਆ ਤਾਂ ਮੁੰਡੇ ਦਾ ਜੀ ਕੀਤਾ ਹੁਣ ਬਹੂ ਨੂੰ ਲੈ ਆਵਾ। ਗਿਆ ਤਾਂ ਗੋਸौरा ਬੋਲਿਆ ਪੂਰਾ ਪੂਰਾ ਜੇਵਰੇ ਇੱਥੇ ਲਿਆ ਕੇ ਕੁੜੀ ਦੇ ਪਾਏਗਾ ਤਾਂ ਇਹਨੂੰ ਤੋੜੋ ਮੁੰਡੇ ਨੇ ਮੁੜ ਕੇ ਬਾਪੂ ਦੀ ਮਿੰਨਤ ਕੀਤੀ ਹੜੇ ਹੜੇ ਬਾਪੂ ਟੂਮਾ ਦੇ ਦੇ ਉਹ ਬੋਲਿਆ ਇੱਥੇ ਆਈ ਤੇ ਕੁਝ ਲੁਕੋ ਕੇ ਨਹੀਂ ਰੱਖਦਾ ਸਭ ਕੁਝ ਉਹਦੇ ਹਵਾਲੇ ਕਰਦੀ ਹੂੰ ਪਰ ਉੱਥੇ ਭੇਜਣ ਦੀ ਮੇਰੇ ਨਾਲ ਗੱਲ ਨਾ ਛੇੜ ਮੁੰਡਾ ਬੜਾ ਕਲਪਿਆ ਉਹਨਾਂ ਦੋਹਾਂ ਧਿਰਾਂ ਵਿੱਚ ਕੋਈ ਵੀ ਨਰਮ ਨਾ ਹੋਈ ਤੇ ਬਹੂ ਪੇਕੇ ਹੀ ਬੈਠੀ ਰਹਿ ਗਈ ਮੁੰਡਾ ਬਹੂ ਨੂੰ ਬਰਾਗਿਆ ਪਿਆ ਸੀ ਉਹਨੂੰ ਬਾਪ ਦੀ ਜ਼ਿੱਦ ਬਹੁਤ ਬੁਰੀ ਲੱਗੀ ਜਦ ਉਹਨੇ ਆਪ ਗਹਿਣੇ ਲੈ ਕੇ ਜਾਣੇ ਸਨ ਤੇ ਬਹੂ ਦੇ ਨਾਲ ਹੀ ਵਾਪਸ ਲਿਆਉਣੇ ਸਨ ਫਿਰ ਉਹਨਾਂ ਦੇ ਦੱਬ ਜਾਣ ਦਾ ਕੀ ਤੋਖਲਾ ਸੀ ਕੁਝ ਦਿਨ ਬਾਅਦ ਉਹਦਾ ਬਾਪੂ ਭੂਆ ਤੇ ਤੀਆਂ ਚਾਰੋਂ ਬਿਮਾਰ ਪੈ ਗਏ ਬਿਹੋਸ਼ ਹੀ ਨਾ ਹੋਏ ਅੰਤਮ ਸਾਹਾਂ ਤੇ ਜਾ ਪਹੁੰਚੇ ਮੁੰਡੇ ਨੇ ਦੌੜ ਕੇ ਹਕੀਮ ਤੋਂ ਦਵਾਈ ਲਿਆਂਦੀ ਤੇ ਔਲੀ ਟਲ ਗਈ ਕੁਝ ਹੋਰ ਦਿਨਾਂ ਪਿਛੋਂ ਮੁੰਡੇ ਨੇ ਬਾਪ ਦੇ ਤਰਲੇ ਕੱਢੇ ਜੇਵਰ ਦੇ ਦੇ ਮੈਂ ਬਹੂ ਨੂੰ ਲੈ ਆਵਾਂ ਉਹ ਕਹਿੰਦਾ ਜੇਵਰ ਲੈਣੇ ਆ ਤਾਂ ਪਹਿਲਾਂ ਬਹੂ ਨੂੰ ਇੱਥੇ ਲਿਆ ਕੇ ਖੜੀ ਕਰ ਉਹਨੇ ਸਾਰੇ ਘਰ ਜਾ ਕੇ ਬਹੂ ਦੇ ਬਾਪ ਅੱਗੇ ਹੱਥ ਬੰਨੇ ਇੱਥੋਂ ਤੋੜ ਦੇ ਉੱਥੇ ਫੇਰ ਪੂਰੀ ਤਰ੍ਹਾਂ ਲੱਦ ਪੱਥ ਦਿਉ ਉਹ ਕਹਿੰਦਾ ਨਹੀਂ ਤੂੰ ਮਾ ਇੱਥੇ ਆਉਣ ਗਈਆਂ ਤਾਈਆਂ ਕੁੜੀ ਘਰੋਂ ਪੈਰ ਪਟੂ ਉਹ ਦੁਬਾਰਾ ਖਾਲਮ ਖਾਲੀ ਮੋੜ ਆਇਆ ਤੇ ਫਿਰ ਇੱਕ ਬਹੁਤ ਭੈੜੀ ਦੁਰਘਟਨਾ ਵਾਪਰੀ ਮੁੰਡੇ ਦੇ ਘਰ ਨੂੰ ਅੱਗ ਲੱਗ ਗਈ ਕਿ ਉਸ ਚੋ ਦਾ ਬਾਪ ਭੂਆ ਤੇ ਇੱਕ ਬੱਚੀ ਤਾਂ ਥਾਵੇਂ ਹੀ ਮਰ ਗਏ ਦੂਜੀ ਬੱਚੀ ਹਸਪਤਾਲ ਦੇ ਰਾਹ ਚ ਪੂਰੀ ਹੋ ਗਈ ਪੁਲਿਸ ਵਿੱਚ ਰਿਪੋਰਟ ਦਿੱਤੀ ਗਈ ਤਾਂ ਉਹਦੀ छानबीन ਤੋਂ ਸਿੱਧ ਹੋਇਆ ਕਿ ਫਲਾਣੇ ਫਲਾਣੇ ਡਾਕੂਆਂ ਦਾ گروਹ ਹੀ ਭਾਣਾ ਵਰਤਾ ਗਿਆ ਬੁੱਢਾ ਚੀੜਾ ਸੀ ਲੱਖ ਡਰਾਇਆ ਧਮਕਾਇਆ ਪਰ ਉਹਨੇ ਕਾਣੀ ਕੋਡੀ ਦੀ ਮੁਸ਼ਕ ਨਾ ਕੱਢੀ ਡਾਕੂ ਮਾਰਦੇ ਨਾ ਤਾਂ ਹੋਰ ਕੀ ਕਰਦੇ ਗੱਲ ਆਈ ਗਈ ਹੋ ਗਈ ਕਦੇ ਡਾਕੂ ਫੜੇ ਜਾਣੇ ਸਨ ਤਾਂ ਹੀ ਉਹਨਾਂ ਤੇ ਮੁਕੱਦਮਾ ਚੱਲਣਾ ਸੀ ਥਾਣੇਦਾਰ ਡਿਪਟੀ ਤੇ ਸੁਪਰਡੈਂਟ ਤੋਂ ਹੁੰਦੀ ਕੋਈ ਮਿਸਲ ਪੁਲਿਸ ਜਰਨਲ ਕੋਲ ਪਹੁੰਚੀ ਤਾਂ ਉਹਨੇ ਠੰਗ ਮਾਰਦੀ ਮੁੰਡੇ ਨੂੰ ਠਣਕਾ ਕੇ ਦੇਖੋ ਹੇਠਲੇ ਅਫਸਰਾਂ ਨੇ ਮਹਿਸੂਸ ਕੀਤਾ ਕਿ ਆਈਜੀਪੀ ਬੈਕ ਗਿਆ ਉਸ ਗਰੀਬ ਦਾ ਸਰਬਨਾਸ਼ ਹੋ ਗਿਆ ਉਹਨੂੰ ਮਾਰਨਾ ਕੀ ਕੌੜਾ ਬੋਲ ਬੋਲਣਾ ਵੀ ਅਨਰਥੋ ਪਰ ਹੁਕਮ ਤਾਂ ਹੁਕਮ ਹੀ ਸੀ ਉਹਦੀ ਤਾਮੀਲ ਕੀਤੀਆਂ ਹੀ ਸਰਨਾ ਸੀ ਮੁੰਡਾ ਨਾ ਮਾਤਰੀ ਘੁਰਿਆ ਸੀ ਕਿ ਉਹ ਨੜੇ ਵਾਂਗੂ ਧੜ ਗਿਆ ਉਹ ਕੰਨ ਜਦ ਪਹਿਲੀ ਵਾਰ ਮੇਰਾ ਬਾਪ ਤੇ ਸਹਰਾ ਦੋਵੇਂ ਮੇਰੀ ਗੱਲ ਨਾ ਮੰਨੇ ਮੈਂ ਖੇਤਾਂ ਚੋਂ ਤ ਧੂਰੇ ਦੇ ਬੀਜ ਲਿਆ ਕੇ ਹਾਰੇ ਚ ਰਿਜ ਦੀ ਖਿਚੜੀ ਚ ਸੁੱਟ ਦਿੱਤੇ ਤੇ ਉਹ ਖਿਚੜੀ ਖਾ ਕੇ ਮੇਰਾ ਬਾਪੂ ਆ ਤੇ ਦੋਵੇਂ ਧੀਆ ਮਰਨ ਕਿਨਾਰੇ ਪਹੁੰਚ ਗਈਆਂ ਪਰ ਉਹਨਾਂ ਦੀ ਮੰਦੀ ਹਾਲਤ ਦੇਖ ਕੇ ਮੈਨੂੰ ਤਰਸ ਆ ਗਿਆ ਮੈਂ ਉਹਨਾਂ ਨੂੰ ਹਕੀਮ ਤੋਂ ਲਿਆ ਕੇ ਦਵਾ ਦਿੱਤੀ ਤੇ ਉਲਟੀਆਂ ਕਰਕੇ ਰਾਜ਼ੀ ਹੋ ਗਏ ਜਦ ਮੈਂ ਦੂਜੀ ਵਾਰ ਬਹੂ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਬਾਪ ਤੇ ਸਹਰੇ ਨੇ ਤਾਂ ਵੀ ਆਪਣੀ ਅੜੀ ਨਾ ਛੱਡੀ ਮੈਂ ਦੁਖੀ ਹੋ ਕੇ ਉਹ ਨੁਸਖਾ ਫੇਰ ਵਰਤ ਲਿਆ ਪਰ ਜਦ ਐਤ ਕੀ ਉਹ ਚਾਰੇ ਜੜੇ ਮਰਨ ਲੱਗੇ ਮੈਂ ਸੁੱਕੀ ਲੱਕੜ ਦੀਆਂ ਪੂਲੀਆਂ ਸਬਾਦ ਚ ਸੁੱਟ ਕੇ ਉਹਨਾਂ ਉੱਤੇ ਮਿੱਟੀ ਦਾ ਤੇਲ ਛਿੜਕਿਆ ਤੇ ਚਾਰਾਂ ਘਰਦਿਆਂ ਨੂੰ ਉਹਨਾਂ ਉੱਤੇ ਰੱਖ ਕੇ ਅੱਗ ਲਾ ਦਿੱਤੀ ਤੇ ਨਾਲ ਨਾਲ ਪਹਿਲਾਂ ਹੀ ਸ਼ਹਿਰ ਤੋਂ ਲਿਆ ਕੇ ਰੱਖੇ ਦੋ ਪਟਾਕੇ ਚਲਾ ਦਿੱਤੇ ਜਦ ਅੱਗ ਖੂਬ ਚੰਗੀ ਤਰ੍ਹਾਂ ਭੜਕ ਪਈ ਤਾਂ ਮੈਂ ਇੱਕ ਤਾਕੀ ਦਾ ਤਖਤਾ ਤੋੜ ਕੇ ਬਾਹਰ ਨਿਕਲ ਗਿਆ ਤੇ ਰੌਲਾ ਪਾਤਾ ਡਾਕੂ ਆ ਗਏ ਡਾਕੂ ਆ ਗਏ ਪਿੰਡ ਦੇ ਲੋਕ ਇਕੱਠੇ ਹੋਏ ਤਾਂ ਮੈਂ ਉਹਨਾਂ ਨੂੰ ਦੱਸਿਆ ਸਾਡੇ ਘਰ 'ਚ ਪੰਜ ਡਾਕੂ ਫੜੇ ਹੋਏ ਹਨ ਤੇ ਉਹ ਮੇਰੇ ਬਾਪ ਨੂੰ ਕੁੱਟ-ਕੁੱਟ ਕੇ ਪੁੱਛ ਰਹੇ ਆ ਕਿ ਪੈਸਾ ਟੱਕਾ ਦੱਸ ਕਿੱਥੇ ਦੱਬ ਕੇ ਰੱਖਿਆ ਹੈ ਉਹ ਦੱਸਦਾ ਨਹੀਂ ਤੇ ਡਾਕੂ ਉਹਨੂੰ ਕੁੱਟਣੋਂ ਹਟਦੇ ਨਹੀਂ ਜਦ ਉਹਨਾਂ ਨੇ ਦੇਖਿਆ ਕਿ ਐਵੇਂ ਛਾਇਦੇ ਨਾ ਮੰਨੀ ਉਹਨਾਂ ਨੇ ਸਾਡੇ ਘਰ ਨੂੰ ਅੱਗ ਲਾ ਦਿੱਤੀ ਉਹਨਾਂ ਨੂੰ ਲੁੱਟ-ਲੁਟਾਈ 'ਚ ਰੁੱਝੇ ਦੇਖ ਕੇ ਮੇਰਾ ਭੱਜ ਆਉਣ ਦਾ ਦਾ ਲੱਗ ਗਿਆ ਪਿੰਡ ਦੇ ਲੋਕਾਂ 'ਚ ਆਪਣੱਤ ਬੜੀ ਹੁੰਦੀ ਹੈ ਲੋੜ-ਪੈਣ ਤੇ ਜਾਨਾਂ ਵੀ ਕੁਰਬਾਨ ਕਰ ਦਿੰਦੇ ਆ ਮੌਕੇ ਤੇ ਇਕੱਠੇ ਹੋਏ ਗਵਾਂਢੀ ਕਹਿੰਦੇ ਚਲੋ ਡਾਕੂਆਂ ਨਾਲ ਦੋ ਹੱਥ ਕਰ ਲਈਏ ਜੇ ਹੋਰ ਢਿੱਲ ਹੋ ਗਈ ਚਾਰ ਜੀਆਂ ਦੀ ਜਾਨ ਜਾਂਦੀ ਰੂ ਪਰ ਮੁੰਡਾ ਬੋਲੇਆ ਡਾਕੂਆਂ ਕੋਲ ਬੰਦੂਕਾਂ ਹਨ ਤੁਸੀਂ ਉਹਨਾਂ ਦੇ ਫਾਇਰ ਸੁਣੇ ਹੀ ਹੋਣਗੇ ਮੈਂ ਨਹੀਂ ਚਾਹੁੰਦਾ ਸਾਡੇ ਪਿੱਛੇ ਕੋਈ ਨਾ ਹੱਕ ਮਰੇ ਡਾਕੂਆਂ ਨੂੰ ਤੁਰ ਜਾਣ ਦਿਓ ਫੇਰ ਅੱਗ ਬੁਝਾ ਲਾਂਗੇ ਉਹ ਮੇਰੇ ਬਾਪ ਨੂੰ ਡਰਾਉਂਦੇ ਹੀ ਨੇ ਮਾਰਨਗੇ ਕਾਨੂੰ ਘਰ ਦੇ ਜਵਾਨ ਮੁੰਡੇ ਨੇ ਧਾਣਾ ਧਰੀ ਤਾਂ ਉਹਦੇ ਹਮਦਰਦ ਵੀ ਢਿੱਲੇ ਪੈ ਗਏ ਜਦੋਂ ਉਹ ਡਾਕੂਆਂ ਦੇ ਜਾਣ ਦਾ ਹਿਸਾਬ ਲਾ ਕੇ ਉਹ ਅੰਦਰ ਗਏ ਸਰਦਾ ਮਾਲਕ ਉਹਦੀ ਭੈਣ ਇੱਕ ਪੋਤੀ ਪੂਰੇ ਹੋ ਚੁੱਕੇ ਸੀ ਤੇ ਦੂਜੀ ਪੋਤੀ ਦਮ ਤੋੜ ਰਹੀ ਸੀ ਉਹ ਹਸਪਤਾਲ ਦੇ ਰਾਹ ਚ ਪ੍ਰਾਂਤ ਤੇ ਆ ਗਏ ਉਨੇ ਦਿਨੀ ਡਾਕੂ ਹਰਲ ਹਰਲ ਕਰਦੇ ਫਿਰਦੇ ਸੀ ਅੱਜ ਇਸ ਪਿੰਡ ਕੋਈ ਵਾਕਿਆ ਹੋ ਜਾਂਦਾ ਕੱਲ ਨੂੰ ਦੂਜੇ ਪਿੰਡ ਇਸ ਲਈ ਮੁੰਡੇ ਦੀ ਗੱਲ ਤੇ ਕਿਸੇ ਨੂੰ ਸ਼ੱਕ ਨਾ ਹੋਇਆ ਪੁਲਿਸ ਨੇ ਰਿਪੋਰਟ ਲਿਖਦੇ ਆ ਮੁਲਜ਼ਮਾਂ ਦੇ ਹੁਲੀਏ ਪੁੱਛੇ ਉਹਨੇ ਜੋ ਜੀ ਆਇਆ ਬੋਲਤਾ ਅਗਲੀ ਖਾਨਾ ਪੂਰੀ ਤਫਤੀਸ਼ ਵਾਲਿਆਂ ਨੇ ਆਪੇ ਕਰ ਲਈ ਹਰ ਹੁਲੀਆ ਕਿਸੇ ਨਾ ਕਿਸੇ ਪਗੋੜੇ ਦੇ ਮੂੰਹ ਤੇ ਫਿੱਟ ਕਰ ਦਿੱਤਾ ਤੇ ਇਸ ਤਰ੍ਹਾਂ ਉਸ ਵਕਤ ਅਗਲੇਰੀ ਕਾਰਵਾਈ ਤੋਂ ਛੁੱਟੀ ਹੋ ਗਈ ਪਰ ਅੰਗਰੇਜ਼ ਪੁਲਿਸ ਜਰਨਲ ਬੜਾ ਜ਼ਹੀਨ ਸੀ ਉਸ ਜ਼ਿਮਨੀ ਪੜਦੇ ਸਰਪਾਂਪ ਗਿਆ ਦਾਲਚ ਕੁਝ ਕਾਲਾ ਹੈ ਉਹਦਾ ਸ਼ੰਕਾ ਠੀਕ ਨਿਕਲਿਆ ਜਾਨ ਦੇ ਬਦਲੇ ਜਾਨ ਦੇ ਲੇਖੇ ਇੱਕ ਮਨੁੱਖ ਦੀ ਹੱਤਿਆ ਲਈ ਵੀ ਫਾਂਸੀ ਹੋ ਜਾਂਦੀ ਹੈ ਇੱਥੇ ਤਾਂ ਇੱਕ ਨਾ ਦੋ ਸਗੋਂ ਚਾਰ ਕਤਲ ਕੀਤੇ ਗਏ ਨੇ ਹੱਥੇ ਬੰਦਿਆਂ ਦੇ ਜ਼ਹਿਰ ਤੇ ਅੱਗ ਤੇ ਬੇਦਰਦੀ ਨਾਲ ਪਰ ਅਦਾਲਤ ਨੇ ਮੁੰਡੇ ਦੀ ਜਵਾਨੀ ਦਾ ਖਿਆਲ ਕੀਤਾ ਉਹਦੇ ਪਿਤਾ ਤੇ ਬੇਸਮਝ ਹੱਠ ਦਾ ਜਿਹਦੇ ਕਾਰਨ ਦੋਸ਼ੀ ਆਪਣੇ ਏਡੇ ਕਰੀਬੀ ਰਿਸ਼ਤੇਦਾਰਾਂ ਦਾ ਫੋਨ ਕਰਨ ਤੇ ਮਜਬੂਰ ਹੋ ਗਿਆ ਇਸ ਲਈ ਉਮਰ ਕੈਦ ਦਾ ਹੁਕਮ ਦੇ ਕੇ ਉਹਦੀ ਜਾਨ ਬਖਸ਼ ਦਿੱਤੀ ਧੰਨਵਾਦ